ਮੈਂ ਫੌਜੀ ਕਰਮ ਸਿੰਘ ਆਪ ਜੀ ਨੂੰ ਬਹੁਤ ਪਸੰਦ ਕਰਦਾ, ਮੇਰੀ ਵੀ ਬਹੁਤ ਸਾਊ ਹੈ, ਤੁਹਾਡੀ ਪੂਰੀ ਚੜ੍ਹਾਈ ਗਈ ਅਤੇ ਮੈਂ ਤੁਹਾਡੇ ਨਾਲ ਇਸ ਛੁੱਟੀ ਵਿਆਹ ਕਰਾ ਕੇ ਜਾਣਾ ਚਾਹੁੰਦਾ ਹਾਂ। ਸ਼ੁਕਰੀਆ। ਐਂਡ ਮੈਨੂੰ ਬਹੁਤ ਸਾਰੇ ਮੈਸੇਜਸ, ਪਹਿਲੀ ਵਾਰ ਮੈਨੂੰ ਬਹੁਤ ਸਾਰੇ ਮੈਸੇਜ ਆਏ ਨੇ, ਆਰ ਯੂ ਡੇਟਿੰਗ, ਆਰ ਯੂ ਮੈਰਿੰਗ ਹਿਮ, ਇਜ਼ ਹੀ ਯੋਰ ਹਸਬੈਂਡ, ਆਰ ਯੂ ਡੇਟਿੰਗ, ਐਂਡ ਆਈ ਵਾਸ ਲਾਈਕ ਵਧੀਆ ਗੱਲ। ਚੰਨ ਕੌਰ ਦੀ ਨਾ ਪੱਚੀਆਂ ਪਿੰਡਾਂ ਦੇ ਵਿੱਚ ਖੂਬ ਚਰਚਾ ਹੈਗੀ ਹੈ ਕਿ ਉਹ ਸਭ ਤੋਂ ਸੋਹਣੀ ਹੈ, ਪਰ ਜੇ ਮੁੰਡੇ ਦੀ ਗੱਲ ਕਰੀਏ ਨਾ ਤਾਂ ਪੱਚੀਆਂ ਪਿੰਡਾਂ ਦੇ ਵਿੱਚ ਨਾ ਮੁੰਡੇ ਦੀ ਵੀ ਸਰਦਾਰੀ ਵੱਜਦੀ ਹੈ, ਕਿਉਂ ਵੱਜਦੀ ਹੈ? ਤੁਸੀਂ ਦੱਸੋਗੇ ਜੀ ਤਾਂ। ਥੈਂਕ ਯੂ। ਵੈਸੇ ਗੱਲ ਕਰੀਏ, ਕਾਫੀ ਚਿਰਾਂ ਬਾਅਦ ਇੱਕ ਟਰਬਨ ਫੇਸ ਲੁੱਕ ਦੁਬਾਰਾ ਆਈ ਹੈਗੀ ਇੰਡਸਟਰੀ ਦੇ ਵਿੱਚ, ਜਿਹੜੀ ਕਾਫੀ ਗਲੋ ਕਰ ਰਹੀ ਅਤੇ ਕਾਫੀ ਚਰਚਾ ਦੇ ਵਿੱਚ। ਵਾਹਿਗੁਰੂ ਦਾ ਸ਼ੁਕਰ ਹੈ ਜੀ, ਬਸ ਇਹੀ ਕਹਿ ਸਕਦਾ। ਜੀ ਤੁਹਾਡੀ ਬਹੁਤ ਚਰਚਾ ਹੋ ਰਹੀ ਹੈ, ਚੰਨ ਕੌਰ ਇੰਨੀ ਸੋਹਣੀ ਆ ਇੰਡਸਟਰੀ ਦੀ, ਇੰਨੀ ਸੋਹਣੀ ਮੁਟਿਆਰ, ਐਂਡ ਵਿਦ ਦ ਨਿਊ ਗੱਭਰੂ, ਸੋ ਮਚ ਪ੍ਰੈਸ਼ਰ, ਸੀਰੀਅਸਲੀ ਇਟਸ ਵੈਰੀ ਨਾਈਸ ਕਿ ਇਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਚੰਨ ਕੌਰ ਦਾ ਕਿਰਦਾਰ ਮੈਂ ਹੀ ਨਿਭਾ ਸਕਦੀ ਹਾਂ, ਐਂਡ ਆਮ ਜਸਟ ਹੈਪੀ ਕਿ ਔਡੀਅੰਸਿਸ ਨੂੰ ਮੈਂ ਠੀਕ ਠਾਕ ਲੱਗਦੀ ਹਾਂ ਲੁਕਸ ਵਾਈਜ਼, ਸੋ ਇਹਨਾਂ ਨੂੰ ਵੀ ਲੱਗੇ ਚਲੋ ਠੀਕ ਹੈ ਲੈ ਲੈਂਦੇ ਹਾਂ। ਵਾਜ਼ ਵੈਰੀ ਚੂਜ਼ੀ ਅਬਾਊਟ ਦ ਫਿਲਮ, ਉਹਨਾਂ ਨੇ ਤਾਂ ਪਹਿਲਾਂ ਕਹਿਤਾ ਸੀਗਾ ਕਿ ਮੈਂ ਜੋਬਨ ਨਾਲ ਫਿਲਮ ਨਹੀਂ ਕਰਨੀ, ਨਵਾਂ ਮੁੰਡਾ ਉਹ ਸਿਰਫ, ਹਾਂ ਉਹ ਨੈਚੁਰਲੀ ਇੱਕ ਫੇਅਰ ਹੋ ਜਾਂਦਾ ਤੁਹਾਨੂੰ, ਖਾਸ ਕਰਕੇ ਜਦੋਂ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਲਈ ਲਾਈਕ ਮਿਹਨਤ ਕੀਤੀ ਹੁੰਦੀ ਆ, ਸੋ ਯੂ ਸਟਾਰਟ, ਯੂ ਡੋਂਟ ਵਾਂਟ ਟੇਕ ਰਿਸਕਸ, ਬਟ ਦੈਨ ਮੈਨੂੰ ਲੱਗਿਆ ਕਿ ਨਹੀਂ ਜੀ, ਇਫ ਆਈ ਬਿਲੀਵ ਇਨ ਦ ਪ੍ਰੋਜੈਕਟ, ਮੈਨੂੰ ਰਿਸਕ ਟੇਕ ਕਰਨਾ ਚਾਹੀਦਾ, ਐਂਡ ਹਿਪ, ਆਈ ਮੀਨ, ਆਮ ਆਲਵੇਜ਼ ਅਗੇਂਸਟ ਹਿਪੋਕ੍ਰੇਸੀ, ਫਿਰ ਮੈਨੂੰ ਲੱਗਿਆ ਕਿ ਮੈਂ ਹੀ ਹਿਪੋਕ੍ਰੇਟ ਬਣ ਰਹੀ ਹਾਂ, ਮਤਲਬ ਮੈਂ ਹੀ ਕਹਿ ਕੇ ਲੋਕਾਂ ਨੂੰ ਸਪੋਰਟ ਕਰਨਾ ਚਾਹੀਦਾ, ਪੋਜ਼ਿਟਿਵ ਰਹਿਣਾ ਚਾਹੀਦਾ, ਅਤੇ ਮੈਂ ਹੀ ਪਿੱਛੇ ਹਟ ਰਹੀ ਹਾਂ, ਅਤੇ ਮੈਨੂੰ ਕਾਬਲੀਅਤ ਦਿਖੀ ਫਿਲਮ ਵਿੱਚ ਵੀ ਅਤੇ ਜੋਬਨ ਵਿੱਚ ਵੀ ਪੂਰੀ ਟੀਮ ਵਿੱਚ, ਸੋ ਇਸ ਲਈ ਮੈਂ ਫਿਲਮ ਨੂੰ ਹਾਂ ਕੀਤੀ। ਜੇ ਟ੍ਰੇਲਰ ਦੀ ਅਤੇ ਗਾਣਿਆਂ ਦੀ ਗੱਲ ਕਰੀਏ ਨਾ, ਤੁਸੀਂ ਦੋਨੋਂ ਸੱਚੀ ਬਹੁਤ ਸੋਹਣੇ ਲੱਗ ਰਹੇ, ਇੱਕ ਨੈਚੁਰਲ ਜਿਹਾ ਕਪਲ ਲੱਗ ਰਹੀ ਹੈ, ਐਂਡ ਮੈਨੂੰ ਬਹੁਤ ਸਾਰੇ ਮੈਸੇਜਸ, ਪਹਿਲੀ ਵਾਰ ਮੈਨੂੰ ਬਹੁਤ ਸਾਰੇ ਮੈਸੇਜਸ ਆਏ ਨੇ, ਆਰ ਯੂ ਡੇਟਿੰਗ, ਆਰ ਯੂ ਮੈਰਿੰਗ ਹਿਮ, ਇਜ਼ ਹੀ ਯੋਰ ਹਸਬੈਂਡ, ਆਰ ਯੂ ਡੇਟਿੰਗ, ਐਂਡ ਆਈ ਵਾਸ ਲਾਈਕ ਵਧੀਆ ਗੱਲ ਹੈ, ਬਿਕੋਜ਼ ਯੂ ਨੋ ਦੈਨ ਓਬਵੀਅਸਲੀ ਉਹਨਾਂ ਨੂੰ ਆਡੀਅੰਸਿਸ ਦੇ ਇਹ ਇਫੈਕਟ ਪਿਆ ਹੈ ਕਿ ਦੇ ਥਿੰਕ ਵੀ ਆਰ ਅ ਰੀਅਲ ਕਪਲ, ਸੋ ਦੈਨ ਇਟਸ ਨਾਈਸ, ਇਟਸ ਗੁੱਡ ਫੋਰ ਅਸ। ਇਹ ਕੰਪਲੀਮੈਂਟਸ ਤੁਹਾਡੇ ਲਈ ਕਿੰਨੇ ਕੁ ਵਧੀਆ? ਮੈਨੂੰ ਬਹੁਤ ਆਏ, ਮੈਨੂੰ ਵੀ ਇੱਦਾਂ ਦੇ ਆਏ ਨੇ, ਆਰ ਯੂ ਡੇਟਿੰਗ ਵਿਦ ਮਹਿੰਦੀ ਜੇ, ਉਹ ਮਤਲਬ ਬਹੁਤ ਆਏ ਨੇ, ਅਤੇ ਮੈਂ ਰਿਪਲਾਈ ਦਾ ਕਿਸੇ ਕਰਦਾ ਨਹੀਂ ਹੈਗਾ ਸਰ, ਸੋ ਜਿਹਦਾ ਚੰਗਾ ਲੱਗਦਾ ਮੈਂ ਰਿਪਲਾਈ ਕਰਨਾ ਬਣਦਾ, ਮੈਂ ਕਰ ਵੀ ਦਿੰਦਾ ਨਹੀਂ। ਇੱਕ ਡੈਬਿਊ ਫਿਲਮ ਜਦ ਵੀ ਲੈ ਕੇ ਕੋਈ ਆਉਂਦਾ ਨਾ, ਅਤੇ ਡੈਬਿਊ ਫਿਲਮ ਦੇ ਵਿੱਚ ਉਹ ਵੀ ਮੈਂਡੀ ਵਰਗੀ ਸੋਹਣੀ ਜਿਹੀ ਕੁੜੀ ਹੋਵੇ, ਜਿਹਨਾਂ ਨੇ ਆਪਣਾ ਮੁਕਾਮ ਇੰਡਸਟਰੀ ਦੇ ਵਿੱਚ ਬਹੁਤ ਚਿਰਾਂ ਤੋਂ ਬਣਾ ਕੇ ਰੱਖਿਆ ਹੋਇਆ, ਸਟੇਬਿਲਿਟੀ ਰੱਖੀ ਹੋਈ ਹੈ, ਅਤੇ ਕਿੰਨਾ ਕਿੰਨਾ ਪ੍ਰੈਸ਼ਰ ਵੀ ਹੁੰਦਾ ਦਿਮਾਗ ਦੇ ਵਿੱਚ, ਕਿਉਂਕਿ ਫਿਲਮ ਦੇ ਵਿੱਚ ਕਾਫੀ ਰੋਮਾਂਸ ਤੁਸੀਂ ਕੀਤਾ ਹੈ, ਮੈਂਡੀ ਬਹੁਤ ਐਕਸਾਈਟਡ ਕਹਿਣਾ, ਜਿਸੇ ਫੋਰ ਜੋਬਨ ਇਹ ਕੁਝ ਹੰਬਲ ਜਿਹਾ ਕਹਿਣਗੇ, ਬਟ ਆਈ ਥਿੰਕ ਡੀਪ ਡਾਊਨ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਕਾਬਲੀਅਤ ਕੀ ਹੈ, ਆਈ ਡੋਂਟ ਥਿੰਕ ਇਹ ਕਿਸੇ ਮਤਲਬ ਇਹ ਕਿਸੇ ਲੋ ਕੈਲੇਬਰ ਨਾਲ ਕੰਮ ਕਰ ਹੀ ਨਹੀਂ ਸਕਦੇ, ਮੈਨੂੰ ਇਹਨਾਂ ਬਾਰੇ ਇਹ ਪਤਾ ਕਿਉਂਕਿ ਮੈਂ ਕੰਮ ਕਰ ਚੁੱਕੀ ਹਾਂ, ਬਿਕੋਜ਼ ਇਜ਼ ਅ ਵੈਰੀ ਕੌਨਫੀਡੈਂਟ ਐਕਟਰ, ਜੋ ਇਹਨਾਂ ਨੇ ਆਪਣੀ ਪਹਿਲੀ ਮੂਵੀ 'ਚ ਕਰ ਦਿੱਤਾ ਐਜ਼ ਅ ਮੇਨ ਹੀਰੋ, ਮੈਂ ਸ਼ਾਇਦ ਉਹ ਛੇਵੀਂ ਸੱਤਵੀਂ ਮੂਵੀ ਵਿੱਚ ਕਰਨਾ ਸ਼ੁਰੂ ਕਰ ਰਹੀ ਸੀ, ਯੂ ਨੋ, ਬਟ ਆਈ ਮੀਨ ਦੈਟ, ਸੋ ਆਈ ਐਮ ਰੀਲੀ ਲਾਈਕ ਆਈ ਕੀਪ ਸੇਇੰਗ ਦੈਟ ਹੀ ਇਜ਼ ਗੋਇੰਗ ਟੂ ਬੀ ਵੈਰੀ ਸਕਸੈਸ, ਇਜ਼ ਗੋਇੰਗ ਟੂ ਬੀ ਵੈਰੀ ਸਕਸੈਸਫੁਲ ਆਰਟਿਸਟ ਇਨ ਮੈਨੀ ਵੇਜ਼, ਨੋਟ ਜਸਟ ਐਕਟਿੰਗ, ਹੀ ਇਜ਼ ਬ੍ਰਿਲੀਅੰਟ ਐਟ ਫੋਟੋਗ੍ਰਾਫੀ, ਰਾਈਟਿੰਗ, ਪੁਟਿੰਗ ਪ੍ਰੋਜੈਕਟਸ ਟੁਗੈਦਰ, ਮੈਂ ਬਸ ਆਈ ਫੀਲ ਕਿ ਮੈਂ ਲੱਕੀ ਹਾਂ ਕਿ ਮੈਂ ਇਹਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ, ਸੋ ਯੂ ਨੋ ਇੱਕ ਟਾਈਮ ਆਏਗਾ ਕਿ ਇਹ ਵੀ ਨਿਊ ਕਮਰਸ ਨੂੰ ਬ੍ਰੇਕ ਦੇਣਗੇ, ਐਂਡ ਮੈਂਡੀ ਲੱਕੀ ਚਾਮ ਹੋਏਗੀ ਜੋਬਨ, ਆਈ ਹੋਪ ਸੋ, ਆਈ ਰੀਲੀ ਪ੍ਰੇ ਫੋਰ ਦੈਟ, ਇਟ ਬਹੁਤ ਡਿਜ਼ਰਵਿੰਗ ਹੈ, ਸੋ ਆਈ ਹੋਪ ਫੋਰ ਦੈਟ ਸ਼ੀ ਇਜ਼ ਐਕਚੁਅਲੀ। ਇੰਨਾ ਨਾ ਮਤਲਬ ਕਹਿ ਸਕਦੇ ਕਿ ਮੈਂਡੀ ਅੱਜ ਬੋਲ ਰਹੀ ਹੈ, ਜੋਬਨ ਚੁੱਪ ਹੈ, ਯੂਜਲੀ ਜੋਬਨ ਬੋਲਦੇ ਆਏ ਨੇ, ਜਿਹੜੀ ਮੈਂਡੀ ਨੇ ਗੱਲ ਸਾਨੂੰ ਦੇ, ਯੈਸ ਸੀਰੀਅਸਲੀ, ਯਾ ਮੈਨੂੰ, ਆਈ ਹੈਵ ਟੂ ਸੇ ਟੂ ਹਿਮ, ਚੁੱਪ, ਆਈ ਹੈਵ ਟੂ, ਲੈਟ ਮੀ ਟਾਕ। ਫਿਲਮ ਦੇ ਟ੍ਰੇਲਰ ਦੇ ਵਿੱਚ ਨਾ ਅਸੀਂ ਪ੍ਰਪੋਜ਼ ਦਾ ਇੱਕ ਵੱਖਰਾ ਅੰਦਾਜ਼ ਦੇਖਿਆ, ਅਤੇ ਇਹ ਤੁਹਾਡੇ ਲਈ ਫੁੱਲ ਹੈ, ਫਿਲਮ ਦੇ ਵਿੱਚ ਫੁੱਲ ਨਾਲ ਪ੍ਰਪੋਜ਼ ਤਾਂ ਕਰ ਨਹੀਂ ਸਕੇ, ਬਟ ਇਹਦੇ ਵਿੱਚ ਤੁਹਾਨੂੰ ਕਰਨਾ ਪਊਗਾ ਸਲਿਊਟ ਦੇ ਨਾਲ ਨਾਲ ਫੁੱਲ ਵੀ ਦੇਣਾ। ਅੱਛਾ, ਮੈਂ ਫੌਜੀ ਕਰਮ ਸਿੰਘ ਆਪ ਜੀ ਨੂੰ ਬਹੁਤ ਪਸੰਦ ਕਰਦਾ, ਮੇਰੀ ਵੀ ਬਹੁਤ ਸਾਊ ਹੈ, ਤੁਹਾਡੀ ਪੂਰੀ ਚੜ੍ਹਾਈ ਗਈ ਅਤੇ ਮੈਂ ਤੁਹਾਡੇ ਨਾਲ ਇਸ ਛੁੱਟੀ ਵਿਆਹ ਕਰਾ ਕੇ ਜਾਣਾ ਚਾਹੁੰਦਾ ਹਾਂ। ਕੁਦਰਤੀ ਹੋਈ ਹੈ, ਮੈਂ ਕਿਉਂਕਿ ਇਹ ਤਾਂ ਕੱਲ ਆਏ ਸੀ ਇਟਲੀ ਤੋਂ, ਮੈਂ ਪਹੁੰਚਿਆ ਜਦੋਂ ਅਸੀਂ ਇਕੱਠੇ, ਮੈਂ ਯਾਰ ਆਹ ਚੁੰਨੀ ਮੈਚ ਕਰੀ ਕਰਦੇ, ਫਿਲਮ ਜਿਹੜੀ ਹੈਗੀ ਹੈ, ਫਿਲਮ ਦਾ ਵਿੱਚ ਤੁਸੀਂ ਗਰਮੀਆਂ ਦਾ ਦਿਖਾਉਣਾ ਸੀਗਾ ਅਤੇ ਇੰਨੀ ਠੰਡ ਦੇ ਵਿੱਚ ਸ਼ੂਟ ਕੀਤੀ, ਅਤੇ ਫੁੱਲ ਔਨ ਰੋਮਾਂਸ ਫਿਲਮ ਰਹੀ, ਅਤੇ ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ ਫਿਲਮ? ਇਟ ਵਾਸ ਲੁੱਕ ਓਨੈਸਟਲੀ ਡਿਫੀਕਲਟ ਐਕਸਪੀਰੀਅੰਸ ਸੀਗਾ, ਮਤਲਬ ਮੈਂ ਤਾਂ ਰੋਣ ਹੱਕੀ ਹੋਈ ਸੀ, ਤਾਂ ਸ਼ਾਇਦ ਇੱਕ ਦੋ ਵਾਰੀ ਮੈਂ ਰੋ ਵੀ ਦਿੱਤਾ ਸੀ, ਸੋ ਇਟ ਵਾਸ ਮਤਲਬ ਫਿਜ਼ੀਕਲੀ ਐਂਡ ਮੈਂਟਲੀ ਚੈਲੇਂਜਿੰਗ, ਇਸੀ ਲਈ ਯੂ ਨੋ ਯੂ ਫੀਲ ਈਵਨ ਮੋਰ ਅਟੈਚ ਟੂ ਦਾ ਪ੍ਰੋਜੈਕਟ, ਬਿਕੋਜ਼ ਤੁਹਾਨੂੰ ਪਤਾ ਕਿ ਤੁਹਾਡੀ ਉਸ ਟਾਈਮ ਪ੍ਰੋਫੈਸ਼ਨਲ ਅਤੇ ਪਰਸਨਲ ਜਰਨੀ ਕਿੱਦਾਂ ਦੀ ਸੀ, ਯੂ ਨੋ, ਬਟ ਇਟਸ ਓਕੇ, ਇਟਸ ਪਾਰਟ ਆਫ ਦਾ ਪੈਕੇਜ, ਯੂ ਨੋ, ਸਾਨੂੰ ਕਰਨਾ ਪਿਆ, ਅਸੀਂ ਕੀਤਾ, ਐਂਡ ਨਾਓ ਵੀ ਜਸਟ ਹੋਪ ਫੋਰ ਦਾ ਬੈਸਟ। ਜੋਬਨ ਤੁਹਾਡੇ ਨਾਲ ਗੱਲ ਕਰੀਏ, ਮੈਂਡੀ ਨਾਲ ਸਾਡੀ ਅਕਸਰ ਫਿਲਮਾਂ ਦੇ ਵਿੱਚ ਗੱਲਬਾਤ ਹੁੰਦੀ ਰਹਿੰਦੀ ਹੈ, ਫੋਰ ਦਾ ਵੈਰੀ ਫਸਟ ਟਾਈਮ ਇੰਨੀ ਵਧੀਆ ਕੈਮਿਸਟਰੀ ਮੈਂ ਮੈਂਡੀ ਦੀ ਕਿਸੇ ਕੋਐਕਟਰ ਨਾਲ ਦੇਖੀ। ਥੈਂਕ ਯੂ ਸੋ ਮਚ। ਆਈ ਫੀਲ ਦ ਸੇਮ ਵੇ, ਹਾਂਜੀ। ਅਤੇ ਵੈਲ, ਇਹ ਜੋੜੀ ਹੁਣ 6 ਸਤੰਬਰ ਨੂੰ ਧਮਾਕੇ ਪਾਉਣ ਵਾਲੀ ਹੈ ਸਾਕ ਦੇ ਨਾਲ, ਅਤੇ ਸਾਕ
ਡੈਬਿਊ ਫਿਲਮ ਦੇ ਵਿੱਚ ਕਿਸੇ ਸਾਰਿਆਂ ਨੇ ਨਾ ਟ੍ਰੇਲਰ ਦੇ ਵਿੱਚ ਇਹੀ ਕਿਹਾ ਹੈਗਾ ਕਿ ਫੌਜੀ ਮਿਲੇਗਾ ਨਾ, ਫੌਜੀ ਦਾ ਜ਼ਿਕਰ ਨਹੀਂ ਕਰਨਾ, ਅਤੇ ਮੈਨੂੰ ਲੱਗਦਾ ਬਹੁਤ ਤਕੜਾ ਸਸਪੈਂਸ ਆ, ਉਹ ਕਿਉਂ ਨਹੀਂ ਕਹਿਣਾ ਕੀ ਚੱਕਰ ਆ, ਉਹ ਬਹੁਤ ਕੰਪਲੀਕੇਟਡ ਆ, ਤੁਸੀਂ ਫਿਲਮ 'ਚ ਦੇਖੋਗੇ ਜਾ ਕੇ। ਹੁਣ ਸਾਰਿਆਂ ਨੇ ਕਿ ਦੇਖਣਾ ਕਿ ਫੌਜੀ ਕਿਉਂ ਨਹੀਂ ਕਹਿਣਾ, ਕਿਉਂਕਿ ਫੌਜੀ ਨੇ ਵਧੀਆ ਤਰੀਕੇ ਨਾਲ ਪ੍ਰਪੋਜ਼ ਤਾਂ ਕਰਤਾ, ਅਤੇ ਕੁੜੀ ਨੇ ਹੱਸ ਕੇ ਅੱਗੋਂ ਨਾ ਹਾਂ ਵੀ ਕਰ ਦਿੱਤੀ ਹੈਗੀ ਇਨਡਾਇਰੈਕਟਲੀ, ਕਿਉਂ ਬਈ ਸਹੀ ਕਹਿਣਾ ਹਾਂ ਨਾ, ਪਰ ਜੇ ਕੁੜੀ ਹੱਸ ਪਏ ਤਾਂ ਹਾਂ ਹੀ ਨਹੀਂ, ਇਹਦੇ 'ਚ ਕਾਫੀ ਕੁਛ ਆ, ਉਸ ਸਮੇਂ 'ਚ ਹਾਂ ਦੇ ਪਿੱਛੇ ਵੀ ਬੜੀਆਂ ਨਾਮ ਹਾਂ ਹੁੰਦੀਆਂ ਸੀ ਹੈ ਨਾ। 6 ਸਪਤੰਬਰ ਨੂੰ ਤੁਸੀਂ ਦੇਖਣਾ ਨਾ ਭੁੱਲਣਾ ਕਿ ਇਹ ਫੌਜੀ ਨੇ ਸਾਕ ਕਿੱਦਾਂ ਲਿਆਂਦਾ ਹੈ, ਅਤੇ ਹੁਣ ਇਹ ਵੀ ਕਹਿਣੀ। ਹਾਂਜੀ, 6 ਸਤੰਬਰ ਨੂੰ ਸਾਡੀ ਫਿਲਮ ਆ ਰਹੀ ਹੈ ਸਾਕ, ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਸਿਨੇਮਾ ਘਰਾਂ ਵਿੱਚ ਪਹੁੰਚੋ ਅਤੇ ਸਾਕ ਨੂੰ ਭਰਮਾ ਹੰਗਾਰਾ ਦਿਓ। ਥੈਂਕ ਯੂ, ਕਾਪੀ ਪੇਸਟ, ਥੈਂਕ ਯੂ। 6 ਸਪਤੰਬਰ, ਹਾਂਜੀ, ਅਤੇ ਵੈਲ ਇਹ ਬਹੁਤ ਸੋਹਣੀ ਜਿਹਾ ਕਪਲ ਜਿਹੜਾ ਹੈਗਾ ਤੁਹਾਨੂੰ ਰੌਣਕਾਂ ਲਾਉਣ 6 ਸਤੰਬਰ ਨੂੰ ਤੁਹਾਡੇ ਥੀਏਟਰਸ ਦੇ ਵਿੱਚ ਆ ਰਿਹਾ, ਤੋ ਡੋਂਟ ਫੋਰਗੇਟ ਟੂ ਵਾਚ ਸਾਕ। ਅੱਜ ਲਈ ਇੰਨਾ ਹੀ, ਜਲਦੀ ਹਾਜ਼ਰ ਹੋਵਾਂਗੇ ਨਵੀਂ ਅਪਡੇਟਸ ਨਾਲ। ਗਾਇਨ ਮਹਾਜਨ ਤੋਂ ਵਿਦਾ, ਤੁਸੀਂ ਬਣ ਰਹੇ ਦੇਸੀ ਚਾਨਣ ਦੇ ਨਾਲ।